ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਕਬੱਡੀ ਮਾਲਵੇ ਦੀ PV31 ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਦੇ ਹਾਂ ਮਾਂ ਖੇਡ ਕਬੱਡੀ ਦੇ ਸੁਪਰ ਸਟਾਰ ਜਾਫੀ ਲੱਖੇ ਸਰਾਵਾਂ ਵਾਲੇ ਨਾਲ। ਲੱਖੇ ਵੀਰੇ, ਤੁਹਾਡਾ ਸਵਾਗਤ ਹੈ ਸਾਡੀ ਸਾਰੀ ਟੀਮ ਵੱਲੋਂ। ਥੈਂਕ ਯੂ ਬਾਈ, ਤੁਹਾਡਾ ਲਾਈਵ ਵਾਲਿਆਂ ਦਾ ਅਤੇ ਬਹੁਤ ਬਹੁਤ ਥੈਂਕ ਯੂ। ਲੱਖੇ ਵੀਰੇ, ਤੁਹਾਡਾ ਪੱਕਾ ਨਾਮ ਕੀ ਹੈ? ਮੇਰਾ ਨਾਮ ਬਾਈ ਲਖਵਿੰਦਰ ਸਿੰਘ, ਲੱਖਾ ਨਾਮ ਹੈ ਮੇਰਾ। ਵੀਰੇ, ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੋਇਆ? ਮੇਰਾ ਜਨਮ ਬਾਈ 1-1-1994 ਸਰਾਵਾਂ ਪਿੰਡ ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਜ਼ਿਲ੍ਹਾ ਫਰੀਦਕੋਟ ਪੈਂਦਾ ਤੁਹਾਨੂੰ? ਹਾਂਜੀ ਹਾਂਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਵੀਰੇ? ਪਰਿਵਾਰ ਵਿੱਚ ਪਿਤਾ ਜੀ ਸੁਖਦੇਵ ਸਿੰਘ ਦੇਬਾ, ਮਾਤਾ ਰਮਨਜੀਤ ਕੌਰ, ਸਿਸਟਰ ਲਵਪ੍ਰੀਤ ਕੌਰ, ਆਪਣੇ ਪਰਿਵਾਰ ਵਿੱਚ ਹੈ। ਵੀਰੇ, ਪੜ੍ਹਾਈ ਕਿੰਨੀ ਹੈ ਤੁਹਾਡੀ? ਪੜ੍ਹਾਈ ਬਈ ਮੈਂ +2 ਪਾਸ ਕੀਤੀ ਆ ਆਪਣਾ ਮਾਤਾ ਹਰਨਾਮ ਕੌਰ ਸਕੂਲ, +12 ਪਲੱਸ ਕੀਤੀ। ਅਤੇ ਵੀਰੇ, ਇਹ ਹੋਇਆ +2 ਚੋਂ ਹਟਣ ਦਾ ਕਾਰਨ ਕਿ ਕਬੱਡੀ ਦੇ ਵਿੱਚ ਆਉਣ ਦੇ ਕਰਕੇ? ਬਸ ਬਈ ਉਦੋਂ ਮੈਚਾਂ ਦਾ ਇੰਨਾ ਸ਼ੌਂਕ ਸੀ, ਬਸ ਪੜ੍ਹਾਈ ਵਿੱਚ ਸਕੂਲ ਜਾਣਾ, ਉੱਧਰ ਉੱਧਰ ਨਾਂ ਨੂੰ ਕੱਟਿਆ ਗਿਆ। ਉਦੋਂ ਬਾਅਦ +2 ਪੂਰੀ ਕਰਕੇ ਉਦੋਂ ਬਾਅਦ ਗਾਂ ਮਨ ਹੀ ਨਹੀਂ ਕੀਤਾ ਪੜ੍ਹਨ ਨੂੰ ਬਈ। ਕਬੱਡੀ 'ਚ ਰੁਚੀ ਹੋ ਗਈ? ਹਾਂ, ਮੈਚ ਹੀ ਨਿੱਤ ਖੇਡਦੇ ਸੀ ਬਈ ਬਸ। ਵੀਰੇ, ਕਿਹੜੇ ਭਜਨ ਖੇਡਣ ਲੱਗੇ ਸਭ ਤੋਂ ਪਹਿਲਾਂ? ਕਬੱਡੀ ਬਈ ਮੈਂ 27-28 ਕਿਲੋ ਪਹਿਲਾਂ ਸਟਾਰਟ ਕੀਤੀ ਕਬੱਡੀ ਖੇਡਣੀ ਸਭ ਤੋਂ ਪਹਿਲਾਂ। ਕਿਹੜੇ ਸਾਲ ਦੀ ਗੱਲ ਹੈ ਵੀਰੇ? 2005-06 ਦੇ ਵਿੱਚ ਬਈ ਖੇਡਣ ਲੱਗੇ ਜੀ। ਵੀਰੇ, ਕਿਵੇਂ ਆਉਣਾ ਹੋਇਆ ਸੀ ਕਬੱਡੀ ਦੇ ਵਿੱਚ? ਕਬੱਡੀ ਵਿੱਚ ਬਈ ਆਪਣਾ ਨਾਨਕੀ ਪਿੰਡ ਬਰਾੜੀ ਆਪਣੇ ਰਹਿੰਦੇ ਸੀ, ਅਤੇ ਆਪਣੇ ਨਾਲ ਹੀ ਪਿੰਡ, ਆਪਣੇ ਨਾਨਕੇ ਪਿੰਡ 10 ਕਿਲੋਮੀਟਰ ਵਾਟ 'ਤੇ। ਠੀਕ ਹੈ ਵੀਰੇ। ਉੱਥੇ ਨਾਲ ਦੇ ਪਿੰਡ ਟੂਰਨਾਮੈਂਟ ਹੁੰਦਾ ਸੀ, ਝੱਖੜਾ, ਰਣ ਸਿੰਘ ਵਾਲਾ, ਵਾਂਦਰ ਰੋਡ। ਠੀਕ ਹੈ ਵੀਰੇ। ਅਤੇ ਉੱਥੇ ਆਪਣੇ ਮਾਮੇ ਦਾ ਮੁੰਡਾ ਬੱਬੀ ਆ, ਅਤੇ ਉਹ ਆਪਾਂ ਨੂੰ, ਉਹਨੂੰ ਸ਼ੌਂਕ ਸੀ ਕਬੱਡੀ ਦਾ, ਪਹਿਲਾਂ ਖੇਡਦਾ ਸੀ ਉਹ, ਅਤੇ ਉਹ ਸਾਨੂੰ ਨਾਲ ਲੈ ਜਾਂਦਾ ਸੀ, ਇੱਧਰ ਸਾਈਕਲ 'ਤੇ ਜਾ ਵੜਦੇ ਸੀ, ਅਤੇ ਉੱਥੇ ਮੈਂ ਸ਼ੌਂਕ ਬਣ ਗਿਆ। ਉਦੋਂ ਬਾਅਦ ਹੌਲੀ ਹੌਲੀ ਵਧੀ ਗਈ ਸੀ। ਮਤਲਬ ਕਿ ਤੁਸੀਂ ਦੇਖਣ ਜਾਂਦੇ ਹੁੰਦੇ ਸੀ ਮੈਚ? ਨਾ ਵੇਖਾਂ, ਪਹਿਲਾਂ ਵੇਖਣ ਜਾਂਦੇ ਸੀ ਪਿੰਡ, ਆਪਣੇ ਟੂਰਨਾਮੈਂਟ ਬਹੁਤ ਵਧੀਆ ਹੁੰਦਾ, ਰੋਸ਼ਨੀ 'ਤੇ ਲੱਗਦਾ ਮੇਲਾ ਆਪਣੇ। ਠੀਕ ਹੈ ਵੀਰੇ। ਅਤੇ ਉੱਥੇ ਖੇਡਣ ਲੱਗ ਪਏ, ਉਦੋਂ ਬਾਅਦ ਆਪਾਂ ਛੋਟਾ ਵੇਟ ਖੇਡਣ ਲੱਗ ਪਏ, 27-28 ਕਿਲੋ, ਅਤੇ ਹੌਲੀ ਹੌਲੀ 2 ਸਾਲ ਹਰੇ ਪਹਿਲਾਂ ਮੈਚ ਬਾਅਦ, ਅਤੇ ਉਦੋਂ ਬਾਅਦ ਜਿੱਤਣ ਲੱਗ ਪਏ ਬਾਈ। ਤੁਹਾਡੇ ਕਿਹੜੇ ਕਿਹੜੇ ਭਜਨ ਖੇਡਦਾ ਲੱਖੇ ਬਾਈ ਅੱਜ ਓਪਨ ਦੇ ਵਿੱਚ? ਮੈਂ ਬਾਈ ਤਕਰੀਬਨ ਸਾਰੇ ਭਜਨ ਹੀ ਖੇਡਿਆ, 27-35-44-45-55-60-65-80 ਓਪਨ ਅੱਜ ਬਾਬੇ ਕਿਰਪਾ ਨਾਲ ਅਕੈਡਮੀ ਤੱਕ ਖੇਡੀਆਂ ਨੇ ਬਾਈ। ਅੱਜ ਲੱਖੇ ਦਾ ਨਾਮ ਦੁਨੀਆ ਜਾਣਦੀ ਹੈ ਨਾ? ਹਾਂ ਬਸ, ਹਾਂ ਕਿਰਪਾ ਬਾਈ ਬਾਬੇ ਦੀ ਬਸ। ਲੱਖੇ ਵੀਰੇ, ਉਹ ਕਿਹੜਾ ਭਜਨ ਹੈ ਜਿਹੜੇ 'ਚ ਤੇਰਾ ਨਾਮ ਵਧੀਆ ਬਣਿਆ ਸੀ ਵੀ ਲੱਖੇ ਨੂੰ ਦੁਨੀਆ ਜਾਣਨ ਲੱਗੀ ਹੋਈ ਲੱਖਾ ਸਰਾਵਾਂ ਦਾ? ਕੀ ਬਾਈ ਭਜਨ ਤਾਂ ਯਾਰ ਮੈਂ ਸਾਰੇ ਵੇਟ ਖੇਡਿਆ, ਕਿਉਂਕਿ ਅਸੀਂ, ਮੈਂ ਕਹਿੰਦਾ ਵੀ ਵੇਟ ਬਹੁਤ ਘੱਟ ਹਰੇ ਆ, ਮੈਂ ਕਹਿੰਦਾ ਕਈ 60 ਟੂਰਨਾਮੈਂਟ ਖੇਡਦੇ ਸੀ ਅਸੀਂ, 30-40 ਟੂਰਨਾਮੈਂਟ ਜਿੱਤਦੇ ਸੀ, ਕੋਈ ਵੀ ਵੇਟ ਖੇਡਦੇ ਹਾਂ, 35-45 ਕੁਛ ਵੀ, 55-52 ਅਸੀਂ, 70 ਤੱਕ ਨਾ ਬਣਿਆ ਆਪਣਾ, 70 ਕਿਲੋ 75 ਕਿਲੋ ਵਿੱਚ ਬਣਿਆ ਵੀ ਸਭ ਤੋਂ ਜ਼ਿਆਦਾ। ਠੀਕ ਹੈ ਵੀਰੇ। ਹਾਂਜੀ ਹਾਂਜੀ। 75 ਕਿਲੋ ਕਿਹੜੇ ਸਾਲ ਦੇ ਵਿੱਚ ਖੇਡੀ ਸੀ ਵੀਰੇ? 75 ਕਿਲੋ ਬਾਈ 2015-16 'ਚ ਇੱਥੇ ਖੇਡੀ ਸੀ ਬਾਈ ਯਾਰ। ਉਦੋਂ ਬਾਹਰੋਂ ਕਿੰਨੇ ਪਲੇਅਰ ਹੁੰਦੇ ਸੀਗੇ ਵੀਰੇ? ਉਦੋਂ ਬਾਈ ਆਪਣੇ ਪਿੰਡ ਦੀ ਟੀਮ ਵਧੀਆ ਹੁੰਦੀ ਸੀ, 75 ਕਿਲੋ ਦੀ, ਆਵਣੇ ਹਰਗੇ, ਆਪਣੇ ਸਤਨਾਮ ਹਰਗੇ, ਗੁਰਮੀਤ ਹਰਗੇ, ਕੋਚ ਹਰਗੇ, ਬੋਲੇ ਹਰਗੇ। ਠੀਕ ਹੈ ਵੀਰੇ। ਕਿਉਂਕਿ ਆਪਾਂ ਇਹਨਾਂ ਨਾਲ ਹੀ ਜਾਂਦੇ ਸੀ ਖੇਡਣ, ਮੇਰਾ ਭਾਰ 62-65 ਕਿਲੋ ਸੀ, ਅਤੇ ਇਹਨਾਂ ਨਾਲ ਹੀ ਮੈਂ ਖੇਡਣ ਲੱਗ ਪਿਆ। ਅਤੇ ਆਪਣੇ ਭਦੌੜ ਕੋਲ ਰਾਮਗੜ੍ਹ ਪਿੰਡ ਆ, ਉੱਥੇ ਮੈਂ ਕਬੱਡੀ ਖੇਡੀ, ਇਹਨਾਂ ਨਾਲ ਗਿਆ ਜਾਫ 'ਚ ਖੜਿਆ, ਅਤੇ ਮੇਰੇ 1-2 ਜੱਫੇ ਲਾਏ, ਅਤੇ ਮੈਨੂੰ ਹੌਸਲਾ ਹੋਇਆ, ਅਤੇ ਉਦੋਂ ਬਾਅਦ ਮੈਂ 75 ਕਿਲੋ ਟੀਮ ਸਰਾਵਾਂ ਟੀਮ ਦੇ ਟੀਮ ਵਧੀਆ ਖੇਡਦੀ ਸੀ। ਹਾਂ ਬਾਈ, ਮਾਨਸੀ ਸਾਈਡ ਅਸੀਂ ਵਾਧੂ ਮੈਚ ਖੇਡਿਆ ਬਾਈ। ਹਾਂਜੀ। ਅਤੇ ਬਾਈ 75 ਕਿਲੋ ਦੇ ਤੁਹਾਡੇ ਨਾਲ ਬਾਹਰਲੇ ਕਿਹੜੇ ਪਲੇਅਰ ਹੁੰਦੇ ਸੀ? ਪਤਾ 75 ਕਿਲੋ ਵਿੱਚ ਆਪਣੇ ਬਾਈ ਪਹਿਲਾਂ ਤਾਂ ਆਪਣੇ ਨਾਲ ਖੇਡਿਆ ਸੰਦੀਪ ਅਤੇ ਘੋੜੇ ਵਰਗੇ, ਦੋਨੇ ਭਰਾ ਆਪਣੇ ਨਾਲ ਖੇਡਿਆ, ਦੋਧੇ ਵਾਲੇ, ਹਾਂ ਪੱਕੇ ਖੇਡਿਆ 2-3 ਸਾਲ। ਫਿਰ ਆਪਣੇ ਰਵੀ ਮੁੰਡਾ ਸਾਹੂ ਕਾਲਾ, ਅੱਜ ਤੁਸੀਂ ਅੱਜ ਚਰਚਾ ਹੈ ਪੂਰਾ ਮੁੰਡਾ, ਅਤੇ ਸੰਦੀਪ ਸਾਹੂ ਕਾਲਾ, ਅਤੇ ਪੈਸਟਲ ਭਿੰਡਰ ਆਪਣੇ ਨਾਲ ਖੇਡਦਾ ਰਿਹਾ, ਅਤੇ ਨਿੰਮਾ ਕੋਟ ਸੁਖੀਆ, ਜਿਵੇਂ ਬਰਾੜ ਵਰਗੇ, ਹੋਰ ਕਈ ਪਲੇਅਰ ਆਪਣੇ ਨਾਲ ਖੇਡੇ 75 ਕਿਲੋ ਦੇ ਬਈ, ਪੱਕੇ ਤੌਰ 'ਤੇ ਖੇਡਿਆ ਵੀ, ਐਂ ਨਹੀਂ ਵੀ ਹਰ ਰੋਜ਼ ਕੋਈ ਨਵਾਂ ਵੱਖਰੇ ਪਲੇਅਰ ਲੈ ਜਾਣਾ, 1-2 ਪਲੇਅਰ ਰਹਿ ਵੀ ਗਏ ਹੋਣਗੇ, ਕਈ ਵਾਰ ਭੁੱਲ ਜਾਂਦਾ ਬੰਦਾ ਨਾ ਨਿਕਲ ਜਾਂਦਾ। ਹਾਂ ਕਿ ਵੀਰੇ, ਜਿੰਨੇ ਵੀ ਤੁਸੀਂ ਪਲੇਅਰਾਂ ਦਾ ਨਾਲ ਹੈ ਨਾ ਤੁਹਾਡੇ ਨਾਲ ਖੇਡੇ ਆ, ਸਾਰੇ ਲਗਭਗ ਸੁਪਰ ਸਟਾਰ ਅੱਜ ਦੇ। ਹਾਂ, ਅੱਜ ਦੇ ਟਾਈਮ ਵੀ ਸਾਰਿਆਂ ਦਾ ਸਿੱਕਾ ਚੱਲਦਾ ਵਧੀਆ ਬਈ, ਬਾਬੇ ਦੀ ਮਿਹਰ ਨਾਲ ਤਕੜੇ ਖੇਡ ਰਹੇ। ਹਾਂਜੀ ਹਾਂਜੀ, ਵਧੀਆ ਸਾਰੇ। ਲੱਖੇ ਵਾਰੀ ਤੁਸੀਂ ਉਸਤਾਦ ਕਿਹਨੂੰ ਮੰਨਿਆ ਫਿਰ?
ਬਈ ਮੈਂ ਉਸਤਾਦ ਕਬੱਡੀ 'ਚ ਆਪਣਾ ਨਾ ਮੁੰਡਾ 7 ਨਾਮ ਆ ਜਾਫੀ, ਅੱਜ ਹੁਣ ਵੀ ਆਪਣੇ ਉੱਪਰ ਨਾਲ ਆਪਣੇ ਨਾਲ ਖੇਡਦਾ ਅਤੇ ਉਹਦੇ ਨੂੰ ਆਪਾਂ ਉਸਤਾਦ ਮੰਨਦੇ ਹਾਂ ਬਈ ਆਪਣਾ। ਮੈਂ ਕਹੂੰ ਮੈਂ 62 ਕਿਲੋ ਭਾਰ ਸੀ, ਮੈਨੂੰ ਕਹਿੰਦਾ ਤੈਨੂੰ 75 ਕਿਲੋ ਖਿਡਾਉਣੀ ਆ ਅਗਲੇ ਸਾਲ ਵੀ ਆਪਦੇ ਨਾਲ। ਮੈਂ ਕਿਹਾ ਯਾਰ ਬਈ ਮੇਰਾ ਭਾਰ ਤਾਂ 62-64 ਕਿਲੋ ਭਾਰ ਆ, ਵੀ ਮੈਂ 75 'ਚ ਕਿੱਥੇ? ਕਹਿੰਦਾ ਤੂੰ ਬਸ ਖੜਾ ਰਹੀ ਮੇਰੇ ਨਾਲ। ਵੀ ਉਹ ਜਾਫੀ ਇੰਨਾ ਕੁ ਤਕੜਾ ਸੀ ਵੀ 8-8 ਜਾਫੇ ਲਾ ਦਿੰਦਾ ਸੀ ਅਤੇ ਅਸੀਂ, ਹਾਂ ਜਦੋਂ ਮੈਂ ਉਹਦੇ ਨਾਲ 75 ਕਿਲੋ ਜਾਂਦਾ ਹੁੰਦਾ ਸੀ ਅਤੇ ਮੈਂ ਅਸੀਂ ਵੇਖਣਾ ਮੈਚ, ਮੈਂ ਖੜ ਕੇ ਜਾਲ 'ਤੇ ਉਹਨੇ 7-7 ਜਾਫੇ ਲਗਾਤਾਰ ਲਾਏ ਆ ਰੇਡਰ ਨੂੰ ਬਈ। ਠੀਕ ਹੈ ਬਾਈ। ਹਾਂ ਅਤੇ ਉਹ ਜਾਫੀ ਆਪਣਾ 7 ਨਾਮ ਆ ਮੁੰਡਾ, 7 ਨਾਮ, ਹਾਂ ਆਉਣ ਦਾ ਭਾਈ ਵੱਡਾ, ਅਤੇ ਉਹ ਆਪਣਾ ਉਸਤਾਦ ਆ ਕਬੱਡੀ ਦਾ, ਜੇ ਸਹੀ ਆਪਾਂ ਕਹੀ ਯਾਦ। ਹਾਂਜੀ ਬਈ, ਜੇ ਹੋ ਸਕਦਾ ਉਹ ਤੁਹਾਨੂੰ ਨਾਮ ਗਾਈਡ ਕਰਦਾ ਨਾ ਉਸ ਟਾਈਮ 'ਤੇ? ਹਾਂ ਜੇ ਉਹ ਨਾਮ ਗਾਈਡ ਕਰਦਾ ਬਾਈ, ਮੈਨੂੰ ਲੱਗਦਾ ਮੈਂ 65-65 ਖੇਡਣੀ ਸੀ, 70-70 ਬਸ ਇੱਥੋਂ ਤੱਕ ਕਿ ਮੈਨੂੰ ਆਸ ਮਿਲੀ ਸੀ ਵੀ ਮੈਂ 70-75 ਖੇਡਣੀ ਸੀ ਵੱਧ ਤੋਂ ਵੱਧ। ਅਤੇ ਉਹ ਆਪਣਾ, ਹਾਂ ਪੁੱਛਣਾ ਨਹੀਂ ਸੀ, ਹਾਂ ਵੀ ਉਹ ਬੰਦੇ ਦੀ ਆਪਾਂ ਦੇਣ ਨਹੀਂ ਦੇ ਸਕਦੇ, ਆਪਣਾ ਭਾਈ ਆਪਣਾ ਅਤੇ ਆਪਣਾ ਗੁਰੂ ਵੀ ਆ, ਸਾਰਾ ਜਾਣ ਕੇ ਉਹਦੇ ਨਾਲ ਹੀ ਰਹੀਦੇ ਛੋਟੇ ਹੁੰਦੇ। ਸਹੀ ਗੱਲ ਹੈ ਵੀਰੇ, ਜਿਹੜੇ ਗਾਈਡ ਕੀਤਾ ਇੱਥੋਂ ਦੀ ਬਦੌਲਤ ਹੈ ਨਾ, ਤੁਹਾਡਾ ਜਨਾਮ ਬਣਿਆ, ਅੱਜ ਵੀ ਟੀਮ ਬਣਾਈ ਆ ਅਤੇ ਆਪਾਂ ਬਸ ਉਹਦੇ ਕਰਕੇ ਆਪਣੇ ਪਿੰਡੋਂ 7 ਨਾਂ ਜਾਫੀ, ਉਹੀ ਆਪਣੇ ਪਿੰਡ ਦਾ ਮੁੰਡਾ ਬਾਈ। ਹਾਂਜੀ ਵਧੀਆ ਗੱਲ ਹੈ ਬਾਈ, ਹੈ ਨਾ, ਤੁਸੀਂ ਉਹਦੀ ਰਿਸਪੈਕਟ ਕਰਦੇ ਹੋ। ਹਾਂ ਆਪਾਂ ਜੋ ਦਿਨ ਦੇ ਸਕਦੇ ਹੋ ਕਦੇ ਬਾਈ। ਪਸੰਦੀਦਾ ਰੇਡਰ ਕਿਹੜਾ ਤੁਹਾਡੇ? ਆਪਣੇ ਬਾਈ ਰੇਡਰ ਪਸੰਦੀਦਾ ਸੁਲਤਾਨ ਆ ਬਾਈ। ਹਾਂ ਆਪਾਂ ਪਹਿਲਾਂ ਵੀ ਉਹਦੇ ਫੈਨ ਸੀ, ਕੋਈ ਹੁਣ ਨਹੀਂ ਵੀ ਉਹ ਆਪਾਂ ਹੁਣ ਦੇ ਫੈਨ ਆ, ਅਤੇ ਆਪਾਂ ਸ਼ੁਰੂ ਤੋਂ ਉਹ ਸੁਲਤਾਨ ਦੇ ਫੈਨ, ਜੋ ਵਰਲਡ ਕੱਪ ਖੇਡਦਾ ਸੀ ਉਦੋਂ ਪਹਿਲਾਂ ਆਪਾਂ ਉਹਦੇ ਫੈਨ ਆ ਕਬੱਡੀ ਦੇ ਬਾਈ। ਬਾਈ ਸੁਲਤਾਨ ਦੀ ਕਿਹੜੀ ਗੱਲ ਤੁਹਾਨੂੰ ਵਧੀਆ ਲੱਗਦੀ ਹੈ ਜਾਂ ਰੇਡ 'ਚ ਕੋਈ ਖਾਸੀਅਤ ਲੱਗਦੀ ਹੈ? ਇੱਕ ਤਾਂ ਬਈ ਉਹ ਮਿਹਨਤ, ਮੈਂ ਆਖੀਏ ਵੀ ਉਹਦੇ ਬਿਨਾਂ ਜਿੰਦਗੀ ਨੇ ਮਿਹਨਤ, ਮੈਂ ਅੱਜ ਤੱਕ ਕੋਈ ਬੰਦਾ ਮਿਹਨਤ ਨਹੀਂ ਕਰਦਾ ਦੇਖਿਆ ਜੀ। ਠੀਕ ਹੈ ਬਾਈ। ਅਤੇ ਮੈਂ ਟੋਰਾਂਟੋ ਵੀ ਗਿਆ ਬਾਈ ਨਾਲ, ਅਤੇ ਉੱਥੇ ਬਈ ਮਿਹਨਤ ਵੱਲੋਂ ਆਪਾਂ ਮੰਨ ਗਏ ਉਹ ਬੰਦੇ ਨੂੰ ਵੀ ਇੰਨੀ ਮਿਹਨਤ, ਅਤੇ ਇੱਕ ਬੰਦੇ 'ਚੋਂ ਬਈ ਇੰਨਾ ਤਕੜਾ ਪਲੇਅਰ ਹੋ ਕੇ ਕੋਈ ਉੱਦਾਂ ਦੀ ਈਗੋ ਉਗੋ ਨਹੀਂ ਬੰਦੇ 'ਚ, ਜਮਾਂ ਆਪਣਾ ਵੀ ਹੱਸ ਮੁੱਖ ਵਾਲਾ ਬੰਦਾ ਯਾਰ। ਵੀ ਮੈਂ ਕਹਿੰਦਾ ਵੀ ਬੰਦੇ ਨੂੰ ਸਪੋਰਟਸਮੈਨ ਅੱਡ ਗੱਲ ਆ, ਹੈ ਨਾ, ਬੰਦੇ ਨੂੰ ਪਲੇਅਰ ਆ, ਬੰਦੇ ਨੂੰ ਵਧੀਆ ਹੋਣਾ ਚਾਹੀਦਾ ਬਈ। ਚਲੋ ਹੈ ਨਾ, ਤਕੜਾ ਬੰਦਾ ਹੁੰਦਾ ਜੀ, ਹਰ ਇੱਕ ਬਹੁਤ ਤਕੜੇ ਪਲੇਅਰ ਆ, ਪਰ ਇਨਸਾਨ ਵੀ ਬੰਦੇ ਨੂੰ ਵਧੀਆ ਹੋਣਾ ਚਾਹੀਦਾ। ਉਹ ਬੰਦਾ ਵੀ ਆਪਾਂ ਕਹਿ ਦਈਏ ਬਹੁਤ ਵਧੀਆ ਇਨਸਾਨ ਆ, ਅਤੇ ਆਪਾਂ ਨੂੰ ਸ਼ਾਹਕੋਟ 'ਚ ਲੈ ਕੇ ਆਉਣ ਵਾਲਾ ਵੀ ਬਈ ਸੁਲਤਾਨ ਆ। ਹਾਂ ਅਤੇ ਆਪਣਾ, ਹਾਂਜੀ ਸੁਲਤਾਨ ਦੀ ਬਦੌਲਤ ਤੁਸੀਂ ਸ਼ਾਹਕੋਟ? ਹਾਂ ਸੁਲਤਾਨ ਦੀ ਕਰਕੇ ਆਪਾਂ ਬਈ ਆਪਾਂ ਸ਼ਾਹਕੋਟ 'ਚ ਖੇਡਦੇ ਹਾਂ ਬਈ। ਜਾਫੀ ਕਿਹੜਾ ਪਸੰਦੀਦਾ? ਜਾਫੀ ਆਪਣਾ ਬਈ ਦੁੱਧਾ ਘੋੜੇ ਵਾਲਾ, ਘੋੜਾ ਦੁੱਧੇ ਵਾਲਾ, ਘੋੜਾ ਦੁੱਧੇ ਵਾਲਾ। ਹਾਂਜੀ ਹਾਂਜੀ। ਵੀਰੇ ਘੋੜੇ ਦੀ ਕਿਹੜੀ ਗੱਲ ਤੁਹਾਨੂੰ ਖਾਸ ਲੱਗਦੀ ਹੈਗੀ? ਘੋੜੇ ਦਾ ਬਈ ਯਾਰ ਉਹ ਕੁਛ ਵੀ ਕਰ ਸਕਦਾ ਮੈਚ 'ਚ, ਆਪਾਂ ਅੱਜ ਤੱਕ ਜਾਫੀ ਉਹ ਇਹੀ ਗੱਲ ਮੰਨਦੇ ਹਾਂ ਵੀ ਮੈਚ ਦਾ ਕੁਛ ਵੀ ਪਲਟਾ ਪਜਾ ਸਕਦਾ, ਵੀ ਜਿੰਨੇ ਮਰਜ਼ੀ ਜੱਫੇ ਉਹਦਾ ਪਤਾ ਹੀ ਕੋਈ ਨਹੀਂ ਕਿੰਨੇ ਜੱਫੇ ਲਾਦੇ, ਕੋਈ ਪਤਾ ਨਹੀਂ ਕਿੱਥੇ। ਹਾਂ ਕਿੱਥੇ ਕੀ ਕਰਦੇ ਉਹ ਜਾਫੀ ਜਿਹੜਾ ਵੀ ਅੰਗ ਉਂਗਲ ਫੜਦੇ ਛੱਡਦਾ ਛੁੱਟਦਾ ਨਹੀਂ, ਜਿਵੇਂ ਆਪਾਂ ਕਹਿ ਦਈਏ ਹੱਥਾਂ ਦਾ ਜੰਗ, ਮਿਹਨਤ ਮਤਲਬ ਵੀ ਬੰਦਾ ਪੂਰਾ ਆਪਾਂ ਉਹਨੂੰ ਵੇਖ ਉਹਨੂੰ ਮੰਨਦੇ ਜਾਫੀ ਮੰਨਦੇ। ਘੋੜੇ ਦੇ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਨਾ, ਉਹਨੇ ਕੈਂਚੀ ਮਾਰੀ ਸੀ ਗੁੱਟ 'ਤੇ। ਹਾਂਜੀ ਹਾਂਜੀ, ਉਹਦੇ ਹੱਥ ਨਹੀਂ ਪਏ ਸੀ। ਹਾਂਜੀ ਹਾਂਜੀ, ਵਧੀਆ ਜਾਫੀ ਤੁਹਾਨੂੰ ਸਮਝ, ਮੈਂ ਕਹਿ ਕਹਿ ਰਿਹਾ ਬੰਦਾ ਵਧੀਆ ਹੱਥਾਂ ਪੈਰਾਂ 'ਚ ਜਿਹੜਾ, ਅਤੇ ਵਧੀਆ ਪਲੇਅਰ ਆ ਜੀ, ਜਿਹੜਾ ਇਨਸਾਨ ਵੀ ਵਧੀਆ, ਬਹੁਤ ਵਧੀਆ ਮੁੰਡਾ। ਅੱਖੇ ਵੀਰੇ ਤੁਹਾਡੇ ਅੱਜ ਤੱਕ ਸਨਮਾਨ ਕੀ ਹੋਇਆ? ਸਨਮਾਨ ਬਈ ਮੇਰਾ ਮੋਟਰਸਾਈਕਲ ਹੋਇਆ ਬਈ, ਇੱਕ ਆਪਾਂ ਗੱਡੀ ਮਿਲੀ ਹੈ ਪਿੰਡ ਆਪਣੇ ਬਈ, ਆਪਣੇ ਲਵਲੀ ਵਰਗੇ ਕਾਂਗਰ ਵਰਗੇ ਭੇਜੇ ਵਰਗੇ ਨੇ ਆਪਾਂ ਨੂੰ ਪਿੰਡ ਅਲਟੋ ਗੱਡੀ ਦਿੱਤੀ ਆ, ਅਤੇ ਦੋ ਸਮਾਨ ਪਿਛਲੇ ਸਾਲ ਪਿੰਡ ਮੇਲੇ 'ਤੇ ਅਲਟੋ ਗੱਡੀ ਸਮਾਨ ਹੋਇਆ ਜੀ। ਅਤੇ ਵੀਰੇ ਮੋਟਰਸਾਈਕਲ ਕਿੰਨਾ ਵੱਲੋਂ ਸਨਮਾਨ ਹੋਇਆ? ਮੋਟਰਸਾਈਕਲ ਬਈ ਆਪਣੇ ਨੰਗਲਾਂ ਬੀਆਂ ਕੱਪ 'ਤੇ ਹੋਇਆ ਜੀ, ਆਪਣਾ ਸਮਾਨ 'ਤੇ। ਕਿਹੜੇ ਪ੍ਰਮੋਟਰਾਂ ਦੁਆਰਾ? ਉਹ ਆਪਣਾ ਦੂਜਾ ਜੀ ਕੀ ਨਾਮ, ਨਾਂ ਨਹੀਂ ਜਿੱਤੇ ਸੀ ਥੋੜ੍ਹਾ, ਕਈ ਵਾਰੀ ਧਿਆਨ ਚੋਂ ਨਿਕਲ ਜਾਂਦਾ ਰੋਜ਼ ਮੈਚ ਖੇਡਣਾ ਨਾ ਦਿਮਾਗ। ਵੀਰੇ ਜਿੱਤੇ ਹੋਏ ਨਾਮ ਕੀ ਹੈ ਤੁਹਾਡੇ? ਜਿੱਤੇ ਨਾਮ ਬਈ ਮੈਂ 13-14 ਕੁ ਮੋਟਰਸਾਈਕਲ ਜਿੱਤ ਗਿਆ, ਅਤੇ 2 ਸਕੂਟਰ ਆ, ਅਤੇ ਬਸ ਸਕੂਟਰ ਜਿੱਤਿਆ, ਐਲ ਸੀ ਡੀਆਂ ਜਾਂ ਮਾਸ ਮਸ਼ੀਨਾਂ, ਹੋਰ ਕਾਫੀ ਕੁਛ ਜਿੱਤਿਆ, ਮੁੰਦਰੀਆਂ ਹੋਈਆਂ ਜਾਂ ਕਦੀਏ ਨਗਦੀ ਰਾਸ਼ੀ ਵਾਹ ਦਿੱਤੀ ਹੈ। ਵੀਰੇ 70-75 ਤੁਹਾਡੇ ਮੈਂ ਬਹੁਤ ਦੇਖੇ ਹੈਗੇ, ਤੁਸੀਂ ਐਲ ਸੀ ਡੀਆਂ ਅਤੇ ਵਾਸ਼ਿੰਗ ਮਸ਼ੀਨਾਂ ਦੀ ਤਾਂ ਜੰਸੀ ਲਾਤੀ ਸੀ ਇੱਕ ਤਰ੍ਹਾਂ ਦੀ। ਹਾਂ ਹਾਂ, ਅਸੀਂ ਬਹੁਤ ਬਾਈ ਮੈਂ ਜਿੱਤਿਆ ਮੈਂ ਪੱਕੇ ਜੀ,
ਬਈ ਨਿੱਤ ਵਾਸ਼ ਮਸ਼ੀਨ, ਨਿੱਤ ਐਲ ਸੀ ਡੀਆਂ, ਕਿਉਂਕਿ ਸਾਡਾ ਟੀਮ ਵੀ ਸਾਡਾ ਸੰਦੀਪ ਘੋੜੇ ਵਰਗੇ ਹੁੰਦੇ ਸੀ, ਸਾਡੀ ਟੀਮ ਬਈ ਜਾਣੀ ਕਿ ਆਪਾਂ ਕਹਿ ਦਈਏ ਵਧੀਆ ਟੀਮ ਬਣਦੀ ਸੀ ਆਪਣੀ 75 ਟੀਮ ਦੀ, ਕਿਉਂਕਿ ਟੀਮਾਂ ਵਧੀਆ ਸੀ, ਭੈਣੀ ਟੀਮ ਵਧੀਆ ਸੀ, ਰਈਆ ਟੀਮ ਵਧੀਆ, ਕੋਰਸ ਹੋ ਗਿਆ ਅਤੇ ਭੈਣੀ ਬਾਘਾ ਟੀਮਾਂ ਬਹੁਤ ਵਧੀਆ ਸੀ ਪਹਿਲਾਂ ਬਈ। ਠੀਕ ਹੈ ਬਈ। ਹਾਂਜੀ ਹਾਂਜੀ, 80-75 ਦੀਆਂ ਵੱਧ ਟੀਮਾਂ ਹੁੰਦੀਆਂ ਸੀ। ਵੀਰੇ ਬਾਹਰ ਖੇਡਣ ਦਾ ਮੌਕਾ ਮਿਲਿਆ ਤੁਹਾਨੂੰ? ਹਾਂ ਬਈ, ਮੈਂ ਮਲੇਸ਼ੀਆ ਖੇਡਿਆ ਪਹਿਲੀ ਵਾਰ। ਠੀਕ ਹੈ। ਉਹਦਾ ਬਾਈ ਬਾਜੇ ਮੱਲਾਂ ਨੇ ਗੱਲ ਕਰੀ ਸੀ ਮਲੇਸ਼ੀਆ ਖੇਡਣ ਵਾਸਤੇ। ਠੀਕ ਹੈ ਵੀਰੇ। ਅਤੇ ਇਹ ਸਾਲ ਆਪਣੇ ਸ਼ਾਹਕੋਟ ਅਲਾਇੰਸ ਬਾਈ ਸੰਦੀਪ ਨੰਗਲੰਬੀਆਂ, ਠੀਕ ਹੈ, ਕੁਜਿੰਦਰ ਪਾਲ ਬਾਜਵਾ, ਸੁਲਤਾਨ ਅਰਗਿਆਂ ਵੱਲੋਂ ਵੀ ਆਪਾਂ ਮੈਟਰੋ ਕਬੱਡੀ ਕਲੱਬ ਵੱਲੋਂ ਪਿਛਲੇ 2018 'ਚ ਖੇਡ ਕੇ ਹਾਂ ਕੈਨੇਡਾ ਸੀਜ਼ਨ। ਅਤੇ ਆਪਾਂ ਨੂੰ ਸ਼ਾਹਕੋਟ ਦਾ ਬਹੁਤ ਬਹੁਤ ਸਹਿਯੋਗ ਆ ਅਤੇ ਆਪਣੇ ਨਾਲ ਅੱਜ ਵੀ ਖੜ੍ਹੇ ਆ ਅਤੇ ਆਪਾਂ ਵੀ ਉਹਨਾਂ ਨਾਲ ਸਦਾ ਖੜ੍ਹੇ ਰਹਾਂਗੇ ਬਈ। ਕੋਈ ਆਇਆ ਨਹੀਂ ਬਈ ਵੀ ਅੱਜ ਹੋਰ ਅਕੈਡਮੀ 'ਚ, ਕੱਲ੍ਹ ਨੂੰ ਹੋਰ ਅਕੈਡਮੀ 'ਚ, ਅਤੇ ਆਪਾਂ ਉਹਨਾਂ ਕਰਕੇ ਹੀ ਆਪਾਂ ਅੱਜ ਤੱਕ ਇੱਥੋਂ ਤੱਕ ਪਹੁੰਚੇ ਬਈ। ਮਤਲਬ ਕਿ ਜਿੰਨਾ ਟਾਈਮ ਲੱਖਾਂ ਸਰਾਵਾਂ ਖੇਡੋ ਸ਼ਾਹਕੋਟ ਵੱਲ ਹੀ ਖੇਡੋ? ਹਾਂ, ਆਪਾਂ ਉਹਨਾਂ ਨਾਲ ਹੀ ਖੇਡਾਂਗੇ ਬਈ ਸ਼ਾਹਕੋਟ ਲਾਉਣ 'ਚ, ਕਿਉਂਕਿ ਆਪਣਾ ਵੀ ਉਹਨਾਂ ਨੇ ਹੱਕ ਨਹੀਂ ਰੱਖਿਆ, ਜੋ ਵੀ ਮੰਗੀ ਦਾ ਉਹ ਆਪਾਂ ਨੂੰ ਹਾਜ਼ਰ ਕਰ ਦਿੰਦੇ ਆ। ਠੀਕ ਹੈ ਵੀਰੇ। ਹਾਂਜੀ ਹਾਂਜੀ, ਸਾਡੀ ਇੱਕ ਸਾਡੀ ਫੈਮਿਲੀ ਵਰਗੀ ਹੈ ਸ਼ਾਹਕੋਟ ਟੀਮ ਬਈ, ਕੋਈ ਉੱਦਾਂ ਦੀ ਗੱਲ ਨਹੀਂ ਬਈ, ਜੋ ਚੀਜ਼ ਕਹੀਦੀ ਆ, ਮੰਗ ਲਈਦੀ ਆ, ਉਹੀ ਸਾਨੂੰ ਮਿਲਦੀ ਹੈ ਬਈ। ਮਤਲਬ ਕਿ ਮੰਗ ਹਰ ਪੂਰੀ ਹੁੰਦੀ ਹੈ? ਹਾਂ, ਪੂਰੀ ਹੁੰਦੀ ਹੈ। ਅਤੇ ਬਈ ਤੁਹਾਡੇ ਨਾਲ ਪਲੇਅਰ ਕਿਹੜੇ ਕਿਹੜੇ ਆ ਸਾਲ ਦੇ ਵਿੱਚ? ਕਿੱਦਾਂ ਬਈ ਸ਼ਾਹਕੋਟ ਟੀਮ 'ਚ ਕਿਹੜੇ ਕਿਹੜੇ ਪਲੇਅਰ ਖੇਡ ਰਹੇ ਆ? ਆਪਣੇ ਬਈ ਕੰਵਲ ਨਵੇਂ ਪਿੰਡੀਆ ਅਤੇ ਸੁਲਤਾਨ ਅਤੇ ਪਾਲੀ ਫਤਿਹਗੜ੍ਹ ਛੰਨਾ, ਰਵੀ ਅਲੋ ਵਾਲੇ, ਦੀਸ਼ਾ ਬਾਈ ਚੱਕਾਂ ਵਾਲਾ, ਅਤੇ ਚਿਰਾਗੀ, ਅਤੇ ਕਾਫੀ ਪਲੇਅਰ ਆ ਬਈ, ਨੰਗਲੰਬੀਆਂ ਬਾਈ ਸੰਦੀਪ ਹੋ ਗਿਆ, ਆਪ ਸਾਰੇ ਪਲੇਅਰ ਆਏ। ਟੌਪ ਦੀ ਟੀਮ ਅੱਜ ਦੇ ਦਿਨ ਦੀ ਹੈ ਨਾ? ਹਾਂ, ਅੱਜ ਦੀ ਟੀਮ ਵਧੀਆ ਆਪਣੇ ਬਈ, ਵਧੀਆ ਪੂਰੀ ਟੀਮ ਆ ਸ਼ਾਹਕੋਟ ਲਾਉਣ। ਵੀਰੇ ਅਕੈਡਮੀਆਂ ਤੁਸੀਂ ਹੋਰ ਕਿਹੜੀਆਂ 'ਚ ਖੇਡੋਗੇ ਸ਼ਾਹਕੋਟ ਤੋਂ ਬਿਨਾਂ? ਮੈਂ ਪਹਿਲਾਂ ਵੀ ਸਭ ਤੋਂ ਪਹਿਲਾਂ ਤਾਂ ਮੈਂ ਅਕੈਡਮੀ ਖੇਡਿਆ ਸੀ, ਇੱਕ ਤਾਂ ਡੀ ਏ ਵੀ ਆਪਾਂ ਇੱਥੇ ਡੀ ਏ ਵੀ ਕਾਲਜ ਦੀ ਟੀਮ, ਹਾਂ ਜੀ, ਉੱਥੋਂ ਖੇਡਿਆ ਸੀ। ਇੱਕ ਆਪਾਂ ਸਮਰਾਲੇ 'ਚ ਖੇਡਿਆ ਮੈਂ ਅਕੈਡਮੀ ਜੀ, ਅਤੇ ਮੈਂ ਘੱਲਾਂ 'ਚ ਵੀ ਖੇਡਿਆ ਮੈਚ ਜੀ, ਵੀ 3-4 ਅਕੈਡਮੀਆਂ ਖੇਡਣ 'ਤੇ, ਪਰ ਹੁਣ ਆਹ 2-3 ਸਾਲ ਹੋ ਗਏ ਸ਼ਾਹਕੋਟ ਲੈਣ 'ਚ ਖੇਡੀ ਜਾਂਦੇ, 3 ਸਾਲ ਹੋ ਗਏ ਸ਼ਾਹਕੋਟ 'ਚ ਖੇਡਣਾ। ਹਾਂਜੀ, ਸ਼ਾਹਕੋਟ 'ਚ ਖੇਡੀ ਜਾਂਦਾ। ਵੀਰੇ ਹੁਣ ਤੱਕ ਤੂੰ ਕਿਹੜੇ ਕਿਹੜੇ ਟੌਪ ਦੇ ਪਲੇਅਰਾਂ ਨਾਲ ਖੇਡ ਚੁੱਕਿਆ? ਥੋੜ੍ਹੇ ਮੋਟੇ 5-4 ਪਲੇਅਰਾਂ ਦੇ ਨਾਂ ਦੱਸੋਗੇ? ਬਾਈ, ਬਾਬੇ ਦੀ ਕਿਰਪਾ ਨਾਲ ਬਈ ਸਾਰੇ ਪਲੇਅਰਾਂ ਨਾਲ ਹੀ ਖੇਡ ਚੁੱਕੇ ਹਾਂ ਜੀ, ਅੱਜ ਦੇ ਟਾਈਮ ਕਹੀਏ ਤਾਂ ਬਈ ਨੰਗਲਾਂ ਬਾਈ, ਸੰਦੀਪ, ਸੁਲਤਾਨ, ਲੁੱਧਰ, ਖੁਸ਼ੀ, ਸਾਰਿਆਂ ਨਾਲ ਵੀ ਆਪਾਂ ਖੇਡ ਚੁੱਕੇ, ਜਿੰਨਾ ਜੱਗਾ ਚਿੱਟੀ, ਸਾਰੇ ਜਿੰਨੇ ਵੀ ਪਲੇਅਰ ਆ ਆਪਾਂ ਕਹਿ ਦਈਏ ਸਾਰਿਆਂ ਨਾਲ ਖੇਡਿਆ ਬਈ, ਅਤੇ ਵਧੀਆ ਸਾਰਿਆਂ ਨਾਲ ਮਿਲ ਵਰਤਣਾ ਬਈ। ਫਿਰ ਤੁਹਾਡੇ ਯਾਦਗਾਰੀ ਮੈਚ ਦੇ ਕੋਈ ਯਾਦਗਾਰੀ ਮੈਚ? ਬਈ ਬਸ ਬਈ ਮੈਚ ਨੂੰ ਕਬੱਡੀ ਬਹੁਤ ਖੇਡੀ ਜਾਂਦੇ, ਨਿੱਤ ਯਾਦਗਾਰੀ ਮੈਚ ਹੀ ਬਣਦੇ ਆ ਬਸ, ਵਧੀਆ ਨਿੱਤ ਹਰ ਮੈਚ ਖੇਡਦੇ ਹਾਂ। ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਯੂਟਿਊਬ 'ਤੇ ਚੱਲਦੇ ਮੈਚ ਲਾਈਵ, ਲੋਕ ਵਹਿੰਦੇ ਆ ਬਈ, ਕੋਈ ਮੈਚ ਮਾੜਾ ਨਹੀਂ, ਕਬੱਡੀ ਦਾ ਦੌਰ ਆ ਚੱਲੀ ਜਾਂਦਾ। ਹਾਂ ਬਈ, ਜ਼ਿਆਦਾ ਮਿਹਨਤ ਲਾਓ ਹੈ ਨਾ ਆਪਦਾ, ਜੋ ਵੀ ਆ। ਹਾਂਜੀ, ਇੱਧਰ ਮਿਹਨਤ ਕਿਹੜੀ ਚੱਲਦੀ ਹੈਗੀ? ਮਿਹਨਤ ਬਈ ਜ਼ਿਆਦਾ ਗਰਾਊਂਡ ਚਾਹੀਦਾ ਆਪਾਂ ਆਥਣੇ, ਅਤੇ ਗਰਾਊਂਡ ਖੇਡਦੇ ਹਾਂ ਬਸ, ਮਿਹਨਤ ਇਹੀ ਆ ਵੀ ਜਿੱਥੇ ਉੱਥੇ ਖੇਡਣਾ ਹੀ ਜਾਊਗਾ, ਆਪਾਂ ਜੇ ਛੋਟੇ ਖੇਡਦੇ ਉਹਨਾਂ ਨਾਲ ਖੇਡਣੇ ਜਾ ਕੇ ਰਨਿੰਗ ਰੂਨਿੰਗ ਕਰ ਲਈ ਦੀ ਬਈ, ਰਸਤਾ ਰਸਤਾ ਚੜ੍ਹ ਲੈਂਦੇ ਹਾਂ, ਅਤੇ ਬਸ ਬਈ ਆਹੀ ਆਪਣਾ। ਅਤੇ ਖੁਰਾਕ ਕਿਹੜੀ ਲੱਖੇ ਵੀਰੇ ਤੁਹਾਡੀ? ਖੁਰਾਕ ਬਈ ਆਹ ਦੁੱਧ, ਦਹੀਂ, ਆਂਡੇ, ਪ੍ਰੋਟੀਨ ਵਗੈਰਾ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਨਾ, ਉਹ ਪੀ ਲਈਦੀ ਆ ਬਈ, ਵਿਟਾਮਿਨ ਵਗੈਰਾ ਕੁਛ ਵੀ ਹੈ ਨਾ। ਅਤੇ ਦੁੱਧ, ਦਹੀਂ, ਆਂਡੇ, ਦੇਸੀ ਆਂਡੇ, ਕੁੱਕੜ ਰੱਖਣਾ, ਮੀਟ ਮੂਟ, ਚਿਕਨ ਚੁਕਣਾ, ਇਹ ਚੀਜ਼ਾਂ ਆਪਣੀ ਘਰ ਦੀ ਖੁਰਾਕ ਕਹਿ ਸਕਦੇ ਆਪਾਂ, ਦੇਸੀ ਖੁਰਾਕ। ਹਾਂਜੀ, ਘਰ ਆਪਣੇ ਕੁੱਕੜੇ ਕੜੀਆਂ ਰੱਖਣੀਆਂ ਵਾਧੂ ਜੀ। ਠੀਕ ਹੈ ਵੀਰੇ। ਅਤੇ ਉਹਦੇ ਨਾਲ ਉਹ ਆਂਡੇ ਉਂਡੇ ਖਾਣੇ ਵਧੀਆ। ਹਾਂਜੀ, ਘਰ ਦੀ ਖੁਰਾਕ ਹੈ ਜੀ। ਕਿਹੜਾ ਏਰੀਆ ਖੇਡਣਾ ਵਧੀਆ ਲੱਗਦਾ, ਮਾਲਚਾ, ਮਾਲਵਾ ਜਾਂ ਦੁਆਬਾ? ਬਈ ਜੇ ਆਪਾਂ ਕਹੀਏ ਤਾਂ ਸਾਰੇ ਏਰੀਏ ਵੀ ਵਧੀਆ, ਟਾਈਮ ਟਾਈਮ ਦੀ ਗੱਲ ਆ ਹੈ ਨਾ। ਪਹਿਲਾਂ ਮੈਂ ਉਹ ਵੀ ਟਾਈਮ ਨਹੀਂ ਭੁੱਲਦੇ ਸੀ, ਫਾਜ਼ਿਲਕਾ ਲੋ, ਜਲਾਲਾਬਾਦ, ਇੱਧਰ ਖੇਡਦੇ ਸੀ ਅਤੇ 10-10 ਰੁਪਈਏ ਨਾਲ ਜੱਫੇ ਲਾਈਦੇ ਸੀ। ਹੁਣ ਆਪਾਂ ਇੱਧਰ ਜਾਂਦੇ ਹਾਂ ਦੁਆਬੇ 'ਚ, ਜਲੰਧਰ ਵੱਲ, ਇੱਧਰ 50-50 ਹਜ਼ਾਰ ਦੇ ਜੱਫੇ ਲੱਗਦੇ, ਪਰ ਸਮਾਂ ਸਮਾਂ ਨਾ ਅਸੀਂ ਉੱਧਰ ਵੀ ਕਦੇ 10-10 ਰੁਪਈਆਂ ਵਾਲੇ ਜੱਫੇ ਲਾਉਂਦੇ ਸੀ, ਅਤੇ ਅੱਜ ਇੱਧਰ 50-50 ਹਜ਼ਾਰ ਰੁਪਈਆ ਜੱਫੇ ਲਾਉਣੇ ਹਾਂ। ਸਾਨੂੰ ਸਾਰੇ ਇਲਾਕੇ ਵਧੀਆ ਲੱਗਦਾ ਵੀ ਖੇਡਣਾ, ਅਤੇ ਅੱਜ ਵੀ ਕਈ ਵਾਰ ਅਸੀਂ ਜਾ ਵੜਦੇ ਹਾਂ ਖੇਡਣਾ,
ਵੀ ਆਪਦਾ ਜਲਾਲਾਬਾਦ ਏਰੀਏ 'ਚ ਬਈ ਕਈ ਵਾਰ 5 ਜੱਫੇ ਲਾਉਣੇ ਜਾਂ 10-10 ਰੁਪਈਏ ਬਣਨੇ, ਵੀ ਉਹ ਟਾਈਮ ਨਹੀਂ ਭੁੱਲਦਾ ਵੀ ਆਪਾਂ ਜੇ ਕਰੀਏ। ਅਸੀਂ ਇੱਧਰ ਸ਼ੋਅ ਮੈਚ ਖੇਡਣ ਜਾਣਾ ਜਲਾਲਾਬਾਦ ਵਾਲਾ, ਠੀਕ ਹੈ ਵੀਰੇ, ਆਪਣੇ ਬਾਈ ਜੱਜੀ ਵਰਗੇ ਸੀ ਨਾਲ, ਆਪਣੇ ਲੰਡਿਆਂ ਜੰਟੇ ਵਰਗੇ, ਚਾਚੇ ਬੋੜੇ ਵਰਗੇ, ਗਿਆਨੀ ਘਵਾੜਾ ਬਈ ਸਾਡੇ, ਨਿੰਦਰ ਵਰਗੇ ਜੈਤੋ ਵਾਲੇ, ਬਈ ਸਾਰੇ ਬੰਦਿਆਂ ਨਾਲ ਆਪਾਂ ਸ਼ੋਅ ਮੈਚ ਖੇਡਣ ਜਾਣਾ। ਅੱਥਨੇ 5-6 ਵਜੇ ਹੁੰਦਾ ਸੀ ਜਲਾਲਾਬਾਦ ਸ਼ਹਿਰ, ਚਲ ਥੋੜ੍ਹੇ ਜਿਹੇ ਆਦੇ 19 ਰੁਪਈਏ ਬਣ ਜਾਂਦੇ ਸੀ, ਜ਼ਿਆਦਾ ਟਾਈਮ ਪਾਸ ਹੋ ਜਾਂਦਾ। ਦੇਖਿਆ ਜਾਵੇ ਨਾ ਉਦੋਂ 10 ਰੁਪਏ ਦੀ ਬਹੁਤ ਖੁਸ਼ੀ ਹੁੰਦੀ। ਹਾਂ ਹਾਂ ਬਈ, ਕਿਉਂਕਿ ਟਾਈਮ ਦੀ ਗੱਲ ਆ ਬਈ। ਹਾਂ ਸਾਰਾ ਉਹ ਬਈ ਬਸ ਵਧੀਆ, ਵੀ ਘਰੋਂ ਪਹਿਲਾਂ ਵੀ ਆਪਾਂ ਵੀ ਠੀਕ ਠੀਕ ਸੀ, ਠੀਕ ਹੈ ਤੇ ਚਲ ਹੁਣ ਬਾਬਾ ਜੀ ਕਿਰਪਾ ਹੋਈ ਹੈ, ਵਧੀਆ ਸੈੱਟ ਆ ਉਹਦੇ, ਹੈ ਨਾ ਵੀ ਠੀਕ ਆ ਵਧੀਆ ਸੈੱਟ ਆ ਪਰਮਾਤਮਾ ਨੇ। ਹਾਂ ਜੋ ਰੱਬ, ਹਾਂਜੀ ਹਾਂਜੀ, ਉਹਦਾ ਕਰਕੇ ਅੱਜ ਤੁਸੀਂ ਬਹੁਤ ਉੱਚਾ। ਹਾਂਜੀ ਹਾਂਜੀ ਹਾਂਜੀ, ਤੇ ਵੀਰੇ ਸਹਿਯੋਗ ਕਿਹਦਾ ਕਿਹਦਾ ਤੁਹਾਨੂੰ? ਸਹਿਯੋਗ ਤਾਂ ਬਈ ਸਭ ਤੋਂ ਪਹਿਲਾਂ ਤਾਂ ਆਪਾਂ ਕਹਿ ਦਈਏ, ਉਹ ਤੋਂ ਪਹਿਲਾਂ ਕੋਈ ਨਹੀਂ, ਨਾ ਕੋਈ ਕੰਪਿਊਟਰ ਨਾ ਕੋਈ ਵੀ ਆ, ਸਭ ਤੋਂ ਪਹਿਲਾਂ ਹੁੰਦਾ ਮਾਂ ਪਿਓ ਦਾ ਸਹਿਯੋਗ ਆਪਾਂ ਨੂੰ, ਉਹਦਾ ਅੱਜ ਵੀ ਆਪਣਾ ਸਹਿਯੋਗ ਆ ਅਤੇ ਆਪਾਂ ਨੂੰ ਉਹ ਹਮੇਸ਼ਾ ਉਹਨਾਂ ਦਾ ਸਹਿਯੋਗ ਹੀ ਰਹਿੰਦਾ। ਬਾਕੀ ਵੀ ਆਪਣੇ ਹੁਣ ਇਸ ਤਰ੍ਹਾਂ ਸ਼ਾਹਕੋਟ 'ਚ ਖੇਡਦੇ, ਉਹਨਾਂ ਦਾ ਆਪਣਾ ਬਹੁਤ ਸਹਿਯੋਗ ਆ ਬਈ ਇਸ ਟਾਈਮ। ਬਾਈ ਜਦੋਂ ਆਪਾਂ ਖੇਡਣ ਲੱਗ ਜਾਂਦੇ ਨਾ ਕੋਈ ਵੀ ਗੇਮ 'ਚ ਪੈਰ ਧਰਦੇ ਹਾਂ, ਉਦੋਂ ਕਈ ਵਾਰ ਇਹ ਹੁੰਦਾ ਮਾਂ ਪਿਓ ਕਹਿੰਦਾ ਵੀ ਨਹੀਂ ਪੁੱਤ 60 ਵਜੇ ਜਿਉਂ ਆਏ ਹੋ, ਉਦੋਂ ਤਾਂ ਨਹੀਂ ਵੀਰ ਇਹ ਹੋਇਆ ਵੀ ਮਾਂ ਪਿਓ ਨੇ? ਨਹੀਂ ਨਹੀਂ, ਆਪਾਂ ਤਾਂ ਵੀ ਮਾਂ ਪਿਓ ਨੇ ਜਦੋਂ ਵੀ ਕਿਤੇ ਖੇਡਣ ਜਾਣਾ, ਕਿਉਂਕਿ ਆਪਾਂ ਵੀ 32-32 ਕਿਲੋ ਖੇਡਦੇ ਸੀ, ਕਿਉਂਕਿ ਆਪਣਾ ਵੀ ਇਕੱਲੇ ਹੀ ਕਬੱਡੀ ਖੇਡਦੇ ਸੀ, ਆਪਣੇ ਮੁੰਡੇ ਨੂੰ ਇੱਕ ਪਿੰਡੋਂ ਮੁੰਡਾ ਬਾਜਾ ਜੱਸਾ ਹੁੰਦੇ ਸੀ, ਠੀਕ ਹੈ ਵੀਰੇ, ਅਤੇ ਇੱਕ ਬੇਅੰਤ ਭਿੰਦਰ, ਕਾਫੀ ਮੁੰਡੇ ਹੁੰਦੇ ਸੀ, ਅਤੇ ਵੀ ਇਦੋਂ ਕਈ ਵਾਰ ਇਹ ਕਰੇ ਨਾ ਹੁਣ ਇਹਨਾਂ ਨੇ ਹੋਣਾ ਮੈਂ ਇਕੱਲੇ ਨੇ ਵਗ ਜਾਣਾ ਖੇਡਣਾ, ਅਤੇ ਮੈਂ ਜਿੱਤ ਜਾਂਦੇ ਸੀ, ਅਤੇ ਮਾਂ ਪਿਓ ਨੂੰ ਡੈਡੀ ਜੀ ਨੇ ਕਦੇ ਵੀ ਕਹਿੰਦੇ ਕਿਸੇ ਆਪਾਂ ਕਹੀਏ ਪੈਸੇ ਲੋੜ ਹੋਣੀ ਮੰਗ ਕੇ ਲਿਆ ਦੇਣਾ, ਜਾਂ ਕਦੇ ਦੋਧੀ ਤੋਂ ਫੜ ਲੈਣੇ, ਜਾਂ ਆਂਢ ਗੁਆਂਢ ਸਾਡੇ ਚੱਲ ਚੱਲ ਚੰਗੇ ਸੀ ਵਧੀਆ ਸੀ, ਉਹਨਾਂ ਨੇ ਕਿਸੇ ਪੈਸੇ ਨਾ ਨਹੀਂ ਕੀਤੀ ਸੀ, ਅਤੇ ਐਂ ਕਰਕੇ ਹੁਣ ਵੀ ਉਹਨਾਂ ਪਾਸ ਕਦੇ ਜਿੱਤਦੇ ਹਾਂ ਮੈਚ ਚੰਗੇ ਜੀ, ਅਤੇ ਆਪਦਾ ਵਧੀਆ ਮਾਂ ਪਿਓ ਨੂੰ ਆ ਕੇ ਪਹਿਲਾਂ ਪੈਸੇ ਫੜਾਉਣੇ, ਵੀ ਅੱਜ ਤੱਕ ਕਦੇ ਐਂ ਨਹੀਂ ਵੀ ਜੇ ਭਾਈ ਆਹ 1000 ਮਿਲਿਆ ਤਾਂ ਐਂ ਨਹੀਂ ਵੀ ਕਹਿ ਦਾਂਗੇ ਸਾਡੇ ਘਰ 40,000 ਰੁਪਇਆ ਮਿਲਿਆ ਮੈਨੂੰ ਅੱਜ, ਵੀ ਸਾਰੇ ਪੈਸੇ ਮਾਂ ਪਿਓ ਨੂੰ ਆ ਕੇ ਫੜਾਉਣੇ, ਉਸ ਤੋਂ ਬਾਅਦ ਉਹਨਾਂ ਤੋਂ ਫੜਨੇ, ਵੀ ਐਂ ਨਹੀਂ ਵੀ ਆਪਦੀ ਜੇਬ 'ਚ ਪਾ ਲਏ ਵੀ ਆਪਦੇ ATM 'ਚ ਕਰਕੇ ਤੁਸੀਂ ਆਪਦਾ ਕੋਈ ਯੂਸ ਕਰਨਾ, ਮਾਂ ਪਿਓ ਤੋਂ ਮੰਗਣੇ, ਅੱਜ ਵੀ ਮੰਗਦੇ ਅਤੇ ਪਹਿਲਾਂ ਵੀ ਮੰਗਦੇ ਸੀ, ਵੀਰੇ ਮਾੜੇ ਟਾਈਮ 'ਚ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਹੈ ਨਾ, ਹਾਂ ਹਾਂ, ਅੱਜ ਤੁਸੀਂ ਉਹਦਾ ਮੁੱਲ ਪਾ ਰਹੇ ਹੋ। ਮੈਂ ਤਾਂ ਪਤਾ ਇਹ ਨਾ ਵੀ ਅੱਜ ਜੋ ਵੀ ਕੋਈ ਵੀ ਪਲੇਅਰ ਆ ਆਪਾਂ ਖੇਡਦੇ ਹਾਂ, ਕਦੇ ਵੀ ਜਿੱਤ ਕੇ ਜਾਂਦੇ ਹਾਂ, ਜਿਵੇਂ ਤੁਸੀਂ 10,000 ਰੁਪਏ ਜਿੱਤਿਆ, ਜਾ ਕੇ 1000-1000 ਦੇ ਮਾਂ ਪਿਓ ਨੂੰ ਦਿਉ, ਅਤੇ ਉਸ ਉਦੋਂ ਬਾਅਦ ਤੁਹਾਡੇ ਲਈ ਕੋਈ ਸੀਸ ਨਹੀਂ, ਹੈ ਨਾ, ਆਪਾਂ ਕਹਿੰਦੇ ਉੱਥੇ ਜਾ ਕੇ ਮੱਥਾ ਟੇਕ ਦਿਉ, 2000 ਦਾ ਕਰ ਦਿਉ, ਮਾਂ ਪਿਓ ਨੂੰ ਖੁਸ਼ ਕਰੋ, ਬਸ ਤੁਹਾਡਾ ਰੱਬ ਖੁਸ਼ ਹੈ ਬਾਈ, ਰੱਬ ਹੀ ਮਾਂ ਪਿਓ ਵੀਰੇ। ਹਾਂ ਆਪਾਂ ਜੇ ਸਹੀ ਕਹੀਏ ਵੀ ਜੋ ਕਿੰਨੇ ਕੁ ਪੈਸੇ ਜਾਂਦੇ ਉਹ 'ਚੋਂ 2 ਹਿੱਸਾ, ਕੋਈ 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 ਹਿੱਸਾ 1 ਹਿੱਸਾ ਮਾਂ ਪਿਓ ਨੂੰ ਦਿਉ, ਆਪਾਂ ਤਾਂ ਕਹਿੰਦੇ ਹਾਂ ਸਹੀ ਗੱਲ ਹੈ ਵੀਰੇ। ਹਾਂ, ਪਿਆਰ ਦੇ ਸੰਯੋਗ ਨਾਲ ਹੀ ਇਹ ਮਾਂ ਪਿਓ ਇੱਥੋਂ ਤੱਕ ਨਾਂ ਲੈ ਕੇ ਆਉਂਦੇ, ਅਤੇ ਆਪਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ ਬਾਈ, ਸਹੀ ਗੱਲ ਹੈ, ਜੇ ਕਈ ਵਾਰ ਹੁਣ ਵੀ 60-60 ਲੱਗਦੀ ਆ ਬਾਈ, ਮਾਂ ਪਿਓ ਹੀ ਜਿਹੜਾ ਆਪਾਂ ਨੂੰ ਪੁੱਛਦਾ ਵੀ ਹਾਂ ਕਿਵੇਂ ਆ, ਠੀਕ ਆ, ਵੀ ਕੀ ਕੋਈ ਚੀਜ਼ ਦੀ ਲੋੜ ਆ ਜਾਂ, ਹੈ ਨਾ, ਠੀਕ ਹੈ, ਆਹ ਚੀਜ਼ ਦੀ ਬਾਈ, ਉਹਦਾ ਤਕੜੇ ਟਾਈਮ 'ਚ ਹਰੇਕ ਵਜਾ, ਹਾਂ ਹਾਂ, ਟਾਈਮ 'ਚ ਆਪਦੇ ਹੁੰਦੇ ਜਿਹੜੇ ਮਾਂ ਪਿਓ, ਹਾਂ ਹਾਂ, ਬਈ ਕੌਡੀ ਦਾ ਸੂਲ ਹੀ ਆ ਬਈ, ਇੱਦਾਂ ਬਸ, ਜਿਹੜਾ ਤੂੰ ਸੂਰ ਆ ਇਹਦਾ ਕੋਈ ਗੁੱਸੇ ਵਾਲੀ ਗੱਲ ਵੀ ਨਹੀਂ, ਜੋ ਤਾਂ ਵੀ ਤਕੜਾ ਸਾਰੇ ਹੀ ਆ, ਨਹੀਂ ਮਾੜਾ ਕੋਈ ਨਹੀਂ ਨਾ, ਇਹ ਤਾਂ ਸੂਰ ਆ ਕਬੱਡੀ ਦਾ, ਇਹ ਕੌਡੀ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਇਹ ਵੀ ਇਹ ਚੱਲਦਾ ਸੀ, ਠੀਕ ਆ ਵੀਰੇ। ਸਹਿਯੋਗ ਕਿਹਦਾ ਕਿਹਦਾ ਤੁਸੀਂ ਦੱਸਤਾ ਨਾ ਵੀ ਮਾਂ ਪਿਓ ਦਾ ਮੇਨ ਸਹਿਯੋਗ, ਹਾਂਜੀ ਹਾਂਜੀ, ਅਤੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਦਰਸ਼ਕਾਂ ਨੂੰ ਵੀ ਇਹੀ ਸੁਨੇਹਾ ਬਈ, ਕੌਡੀ ਨੂੰ ਆਪਾਂ ਐਵੇਂ ਆਪਾਂ ਬਦਨਾਮ ਨਾ ਕਰੋ, ਵੀ ਕੌਡੀ ਆਪਾਂ, ਮੈਂ ਤਾਂ ਕਦੇ ਇਹ ਜਿਹਾ ਕੁਛ ਵੇਖਿਆ ਨਹੀਂ ਵੀ ਆਪਾਂ ਕੌਡੀ 'ਚ ਕੋਈ ਡਰੱਗ ਆਹ ਕਰਦੇ ਆ ਉਹ ਕਰਦੇ, ਹੈ ਨਾ, ਮੈਨੂੰ ਲੱਗਦਾ 17 ਸਾਲ 18 ਸਾਲ ਖੇਡਦੇ ਨੂੰ ਹੋ ਗਏ ਬਾਈ, ਅੱਜ ਤੱਕ ਕੋਈ ਇੱਦਾਂ ਦਾ ਕੋਈ ਯੂਜ਼ ਨਹੀਂ ਕੀਤੀ ਚੀਜ਼ ਵੀ, ਜਿਹੜੇ ਆਪਾਂ ਕਹਿੰਦੇ ਕੌਡੀ, ਵੀ ਇਹ ਸਾਰੇ ਲੋਕਾਂ ਦੇ ਕਹਿਣ ਦੇ ਮੁਤਾਬਕ ਵੀ ਕੌਡੀ 'ਚ ਕੋਈ ਇੰਨਾ ਨਸ਼ਾ ਨੁਸ਼ਾ ਤਾਂ ਹੈ ਨਹੀਂ, ਲੋਕ ਉਹੀ ਇੱਕ ਦੂਜੇ ਭੇਡ ਚਾਲ ਜੀ ਬਣਾਈ ਬੈਠੇ ਕੌਡੀ ਨੂੰ ਬਦਨਾਮ ਕਰੀ ਜਾਂਦੇ ਨੇ, ਕੋਈ ਵੀ ਗੱਲ ਲਾ ਲਓ ਨਾ ਜਿਹਦੇ 'ਚ ਚੜ੍ਹਤ ਹੁੰਦੀ ਹੈਗੀ, ਹਾਂ, ਡਿੱਗਣ ਵਾਲੇ ਬਹੁਤ ਲੋਕ ਬਸ ਉਹੀ ਮੱਚੇ ਪੈਂਦੇ ਆ ਵੀ ਬਸ ਇਹ ਨਿੱਤ ਜਾਂਦੇ ਆ, ਜਿੱਤ ਕੇ ਆ ਜਾਂਦੇ ਆ, 4 ਪੈਸੇ ਕਮਾਉਂਦੇ ਆ,
ਲੋਕਾਂ ਨੂੰ ਅੱਜ ਕੱਲ੍ਹ ਕੁਛ ਕੰਮ ਹੀ ਨਹੀਂ ਮਿਲਦਾ ਕਿਸੇ ਨੂੰ, ਕੋਈ ਮੈਂ ਕਹਿੰਦਾ ਕੋਈ ਦੁਕਾਨ 'ਤੇ ਕਿਤੇ ਵੀ ਲਾ ਲਾ, ਵੱਧ ਤੋਂ ਮਹੀਨੇ ਦਾ ਕੋਈ 2500 ਰੁਪਈਆ 3500 ਮਿਲਦਾ ਹੋਊਗਾ ਵੱਧ ਤੋਂ ਵੱਧ, ਜੇ ਆਪਾਂ ਕਰੀਏ ਦਿਹਾੜੀ ਜਾਈਏ 300-400 ਉਹਨਾਂ ਲਾਭ, ਅਸੀਂ ਜਾ ਖੇਡਦੇ ਹਾਂ ਚੱਲ ਮਿਹਨਤਾਂ ਲਾਈਆਂ ਪਹਿਲਾਂ ਬਾਈ, ਅਤੇ ਹੁਣ ਜਾਂਦੇ ਹਾਂ ਮੈਚ ਖੇਡ ਜਾਂਦਾ, ਕਦੇ ਸਾਨੂੰ 10,000 ਬਣ ਜਾਂਦਾ, ਕਦੇ 50 ਵੀ ਬਣ ਜਾਂਦਾ, ਕਦੇ 500 ਵੀ ਬਣ ਜਾਂਦਾ, ਅੱਜ ਖੇਡ ਕੇ ਨਾ ਮਿਹਨਤ ਕਰਦੇ ਹਾਂ ਆਪਦੀ, ਅਤੇ ਲੋਕਾਂ ਨੂੰ ਐਂ ਹੀ ਆ ਬਸ, ਜੇ ਬਸ ਵਧੀਆ ਟੌਰ ਨਾਲ ਰਹਿੰਦੇ ਆ, ਗੱਡੀ 'ਤੇ ਜਾਂਦੇ ਆ, ਚੰਗਾ ਖਾਂਦੇ ਆ, ਚੰਗਾ ਪੀਂਦੇ ਆ, ਚੰਗਾ ਕੱਪੜਾ ਪਾਉਂਦੇ ਆ, ਬਸ ਲੋਕ ਇੱਥੋਂ ਜਲਸਾ ਫੀਲ ਕਰੀ ਜਾਂਦੇ ਬਈ। ਸਹੀ ਗੱਲ ਆ ਵੀਰੇ, ਹਾਂ ਇਹ ਨਹੀਂ ਪਤਾ ਹਾਂ, ਕਬੱਡੀ ਪਰ ਇਹ ਨਹੀਂ ਵਹਿੰਦਾ ਵੀ ਉਹਨਾਂ ਦਾ ਪਿੱਛਾ ਕਿੰਨਾ ਮਾੜਾ ਵੇਖਿਆ, ਉਹਨਾਂ ਨੇ ਵੇਖਿਆ ਟਾਈਮ ਕਿੰਨਾ ਮਾੜਾ ਵੇਖਿਆ, ਸਹੀ ਗੱਲ ਆ ਵੀਰੇ, ਪੈਰਾਂ 'ਚ ਚੱਪਲਾਂ ਵੀ ਨਹੀਂ ਪਾਉਂਦੇ ਜਦੋਂ ਤੁਰੇ ਫਿਰਦੇ ਹੁੰਦੇ ਸੀ, ਚਲੋ ਹੁਣ ਬਾਬੇ ਦੀ ਕਿਰਪਾ ਨਾਲ ਗੱਡੀ ਆ, ਸਭ ਕੁਛ ਆ, ਕਿਰਪਾ ਸੱਟਾ ਬਾਬੇ ਘਰੇ ਵੀ ਕੁਛ ਵੀ ਨਹੀਂ ਸੀ, ਜਦੋਂ ਆਪਾਂ ਪਹਿਲੇ ਜੋ ਸੋਚੀਏ ਸਾਈਕਲ ਵੀ ਨਹੀਂ ਸੀ ਘਰੇ, ਸਹੀ ਗੱਲ ਆ ਵੀਰੇ, ਅਤੇ ਹੁਣ ਚੱਲ ਜੋ ਮਿਲਿਆ ਰੱਬ ਦੀ ਕਿਰਪਾ ਬਈ ਬਾਬੇ ਦੀ, ਹੈ ਨਾ, ਬਾਬੇ ਸਾਈਂ ਮਿਹਰ ਸ਼ਰਨ ਮੰਨਦਾ ਮੈਂ, ਅਤੇ ਉਹਦੀ ਕਿਰਪਾ ਸਾਰੀ ਵੀ ਆਪਣੇ, ਹਾਂਜੀ ਵੀਰੇ, ਆਇਆ ਨਾ ਕਬੱਡੀ ਜਿੰਨਾ ਚਿਰ ਚੱਲਦੇ ਦਾ ਨਾ ਗਾ ਚੱਲਦੇ ਨਾ, ਹਾਂਜੀ ਹਾਂਜੀ, ਉਦੋਂ ਬਾਅਦ ਕਿਵੇਂ ਉਹ ਕਰਨਾ ਜਿਹੜਾ ਪੈਸਾ ਹੈਗਾ ਨਾ, ਹਾਂਜੀ ਹਾਂਜੀ, ਉਹੀ ਉਹ ਕਰਨਾ ਕੀ ਆ, ਆਪਾਂ ਨਾ ਯਾਰੀ ਸੈਟਿੰਗ ਕਰੋ, ਜਮੀ ਆਪਾਂ ਪੈਸੇ ਜੱਦੇ ਆ ਮੈਚ ਆਦਾ, ਪੈਸਾ ਖਰਾਬ ਨਾ ਕਰੋ, ਆਪਦਾ ਐਡਜਸਟਮੈਂਟ ਕਰੋ ਆਪਦੀ, ਗਾਂਹ ਤੁਹਾਡੀ ਲਾਈਫ 'ਚ ਕੰਮ ਆਵੇ, ਠੀਕ ਹੈ ਗੱਲ ਵੀਰੇ। ਵੀਰੇ ਕਬੱਡੀ ਦੇ ਤੁਹਾਡੇ ਤੋਂ ਜੂਨੀਅਰ ਖਿਡਾਰੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਕਬੱਡੀ ਨੂੰ ਆਪਾਂ ਤਾਂ ਇਹ ਕਹਿੰਦੇ ਹਾਂ ਬਈ ਖੁਰਾਕ ਖਾਓ, ਮਿਹਨਤ ਕਰੋ, ਡੇਲੀ ਗਰਾਊਂਡ ਜਾਓ, ਅਤੇ ਬਸ ਗਰਾਊਂਡ ਨਾਲ ਹੀ ਜਾਵੇ ਸਾਰਾ ਕੁਛ, ਅਤੇ ਕੋਈ ਐਂ ਨਹੀਂ ਤੁਹਾਡੇ ਕੋਈ ਵਿੱਚ ਕੌਡੀ ਘੋਲ ਕੇ ਵਾੜ ਦੂਗਾ, ਜੇ ਤੁਸੀਂ ਮੈਚ ਖੇਡੋਗੇ ਤਾਂ ਤੁਹਾਨੂੰ ਕੌਡੀ ਸਿੱਖੇਗਾ, ਹੁਣ ਕੋਈ ਵੀ ਗੇਮ ਲਾ ਜੇ ਖੇਡੇਗਾ ਤਾਂ ਸਿੱਖੇਗਾ, ਵੀ ਐਂ ਤੁਹਾਡੇ ਕੋਈ ਕੋਈ ਕੋਚ ਤੁਹਾਡੇ ਵਿੱਚ ਤਾਂ ਵਾੜ ਨਾ ਦਊਗਾ ਵੀ ਆਹ ਚੱਕ ਪਾਣੀ ਪੀ ਲਾ, ਇਹ 'ਚ ਕੌਡੀ ਘੋਲੀ ਆ ਅਤੇ ਤੁਹਾਨੂੰ ਕੌਡੀ ਬਣ ਜਾ, ਪਲੇਅਰ ਬਣ ਜਾਏਗਾ, ਪਰ ਕੌਡੀ ਖੇਡਣੀ ਪੈਣੀ ਆ ਬਈ ਕੌਡੀ, ਜੇ ਮਾਇਆ ਸੀ ਜਾਂ 70-70 ACC ਟੂਰਨਾਮੈਂਟ ਖੇਡ ਜਾਂਦੇ ਸੀ ਬਾਈ ਹਰ ਸੀਜ਼ਨ, ਹੁਣ ਵਾਲਾ ਕਹਿੰਦਾ ਵੀ ਮੈਂ ਬਸ 5-10 ਟੂਰਨਾਮੈਂਟ ਖੇਡਾਂ ਅਤੇ ਮੈਂ ਪਲੇਅਰ ਬਣਾ, ਅਤੇ ਵੀ ਮੈਨੂੰ ਦੱਸ ਕੀ ਖਾਵਾਂ, ਵੀ ਕਬੱਡੀ ਖੇਡੋ ਗਰਾਊਂਡ ਜਾਓ, ਮਿਹਨਤ ਕਰੋ ਅਤੇ ਮੈਚ ਖੇਡੋ, ਬਸ ਡੇਲੀ ਜਿਵੇਂ ਪਿੰਡ ਵਾਰ ਮੈਚ ਚੱਲਦੇ ਆ ਡੇਲੀ ਖੇਡੋ, ਅਸੀਂ ਵੀ ਬਈ ਨਿੱਤ ਬੱਸਾਂ ਦੇ ਕਿਰਾਇਆ ਪੜ ਪੜ ਜਾਂਦੇ ਹੁੰਦੇ ਛੋਟੇ ਹੁੰਦੇ, ਅਤੇ ਤਾਂ ਹੀ ਬਈ ਉਦੋਂ ਤੱਕ ਚਲੋ ਠੀਕ ਆ, ਹੁਣ ਸੈੱਟ ਆ ਉਹਦਾ ਨਾ, ਖੇਡੀ ਜਾਂਦੇ ਮੈਚ ਬਈ, ਚਲੋ ਬਾਈ ਪਰਮਾਤਮਾ ਹਾਂ ਸੁਣੀਆਂ, ਮਿਹਨਤ ਦਾ ਮੁੱਲ, ਹਾਂ ਮਿਹਨਤ ਦਾ ਮੁੱਲ ਪੈਂਦਾ ਬਈ, ਹਾਂਜੀ ਹਾਂਜੀ ਦੋਸਤੋ, ਇਹ ਸੀ ਲੱਖਾ ਸਰਾਵਾਂ, ਲੱਖੇ ਸਰਾਵਾਂ ਨੇ ਕਬੱਡੀ ਦੇ ਵਿੱਚ ਬੜੇ ਹੀ ਵੱਡੇ ਰਿਕਾਰਡ ਬਣਾਏ ਨੇ, ਲੱਖੇ ਨਾਲ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਿਓ, ਨਾਲ ਹੀ ਸਾਡਾ ਕਬੱਡੀ ਮਾਲਵੇ ਦੀ PV31 ਯੂਟਿਊਬ ਚੈਨਲ ਸਬਸਕ੍ਰਾਈਬ ਕਰਿਓ, ਧੰਨਵਾਦ। ਓਕੇ ਬਾਈ, ਥੈਂਕ ਯੂ ਬਾਈ, ਅਤੇ ਬਈ ਪੇਜ ਜ਼ਰੂਰ ਲਾਈਕ ਕਰੋ ਅਤੇ ਸ਼ੇਅਰ ਕਰਿਓ, ਅਤੇ ਬਾਈ ਬਹੁਤ ਵਧੀਆ, ਥੈਂਕ ਯੂ ਬਾਈ, ਇਹਨਾਂ ਦਾ ਆਪਣਾ ਗੱਲਬਾਤ ਕਰਨ ਲਈ।